ਕਹਿੰਦੇ ਮਹੀਨਿਆਂ ਬੱਧੀ ਪਹਿਲਾਂ ਤਿਆਰੀਆਂ ਹੋ ਜਾਂਦੀਆਂ ਸੀ, ਸਪੈਸ਼ਲ ਫੁੱਲ ਜਿਹੜੇ ਸੀਜ਼ਨ 'ਚ ਵੀ ਨਹੀਂ ਹੁੰਦੇ ਸੀਗੇ, ਉਸ ਤਰ੍ਹਾਂ ਦੇ ਬਾਗ ਤਿਆਰ ਕੀਤੇ ਜਾਂਦੇ ਸੀ। ਔਰ ਦਿਸ ਪਰਟੀਕੁਲਰ ਵਰੇਗੰਢ, ਦਿਸ ਪਰਟੀਕੁਲਰ ਜਿਹੜਾ ਪੁਰਬ ਮਨਾਉਣਾ ਸੀ, ਉਸ ਦਿਨ ਇੱਕ ਭਾਈ ਕੇਸਰ ਸਿੰਘ ਲਿਖਿਆ, ਕੇਸਰਾ ਸਿੰਘ ਵੀ ਲਿਖਿਆ ਕਈਆਂ ਨੇ, ਉਹਨਾਂ ਨੇ ਬੇਨਤੀ ਕੀਤੀ ਕਿ ਅੱਜ ਵਾਲਾ ਦਿਨ ਬਾਗ ਵਿੱਚ ਮਨਾਇਆ ਜਾਏ। ਹੀ ਵਾਜ਼ ਦਾ ਜਿਹੜਾ ਆਪਾਂ ਗਾਰਡਨਰ ਕਹਿ ਦਿੰਦੇ ਹਾਂ ਨਾ, ਜਾਂ ਮਾਲੀ ਕਹਿ ਦਿੰਦੇ ਹਾਂ, ਹੀ ਵਾਜ਼ ਦਾ ਓਨਰ ਆਫ ਮਹਾਰਾਜ ਦੇ ਬਾਗ ਦਾ, ਜਿੱਥੇ ਕਿ ਬੇਅੰਤ ਕਹਿੰਦੇ ਕਿ ਉਸ ਤਰ੍ਹਾਂ ਦੀ ਫੁੱਲਾਂ ਦੀ ਖੁਸ਼ਬੂ ਔਰ ਬਿਊਟੀ ਕਿਤੇ ਦੇਖਣ ਨੂੰ ਨਹੀਂ ਮਿਲਦੀ ਸੀ। ਸੋ ਹੀ ਰਿਕੁਐਸਟਡ ਗੁਰੂ ਮਹਾਰਾਜ ਕਿ ਇਸ ਵਾਰ ਇਸ ਸਾਲ ਦੀ ਵਰੇਗੰਢ ਕੈਨ ਵੀ ਸੈਲੀਬ੍ਰੇਟ ਓਪਨ, ਜਿੱਦਾਂ ਉਹ ਬਿਊਟੀ ਦੇ ਵਿੱਚ, ਕੁਦਰਤ ਦੇ ਵਿੱਚ। ਅਤੇ ਮਹਾਰਾਜ ਨੇ ਵੀ ਪਿਆਰ 'ਚ ਕਿਹਾ ਵੀ ਅਫਕੋਰਸ ਜ਼ਰੂਰ ਆਪਾਂ ਉੱਥੇ ਹੀ ਸੈਲੀਬ੍ਰੇਟ ਕਰਾਂਗੇ। ਜਦੋਂ ਉੱਥੇ ਸਾਰੀਆਂ ਤਿਆਰੀਆਂ ਹੋ ਗਈਆਂ, ਸਾਰੇ ਪਹੁੰਚ ਗਏ, ਔਰ ਕਹਿੰਦੇ ਵੀ ਸਾਰੇ ਪਾਸਿਓਂ ਸੰਗਤਾਂ ਉੱਥੇ ਹਾਜ਼ਰ ਹੁੰਦੀਆਂ ਸੀ, ਦੇ ਵੀ ਲੀਵ ਐਵਰੀਥਿੰਗ ਇਨ ਸੈਲੀਬ੍ਰੇਸ਼ਨ ਆਫ ਗੁਰੂ ਮਹਾਰਾਜ ਇਸ ਪੁਰਬ, ਕਿ ਵੀ ਵਾਂਟ ਟੂ ਬੀ ਦੇਅਰ ਟੂਡੇ ਟੂ ਸੈਲੀਬ੍ਰੇਟ। ਇੰਨਾ ਜ਼ਰੂਰੀ ਹੁੰਦਾ ਸੀਗਾ ਸਾਰਾ ਕੁਛ ਛੱਡ ਕੇ। ਸੰਗਤਾਂ ਪਹੁੰਚ ਗਈਆਂ ਨੇ, ਦੀਵਾਨ ਸਜੇ ਨੇ, ਕਹਿੰਦੇ ਕੀਰਤਨੀਆਂ ਨੇ ਹਾਜ਼ਰੀ ਭਰੀਆਂ ਨੇ। ਆਪਾਂ ਇੱਕ ਹੋਰ ਚੀਜ਼ ਆਪਾਂ ਆਮ ਸੁਣਦੇ ਹਾਂ, ਕੌਣ ਸੀਗੇ? 52 ਕਵੀ। ਕਵੀਆਂ ਦੀ ਬਹੁਤ ਵੈਲਿਊ ਸੀ। ਅਗੇਨ ਇਫ ਯੂ ਕੈਨ ਰਿਫਰ ਵਟ ਐਵਰ ਵੀ ਆਰ ਟਾਕਿੰਗ ਅਬਾਊਟ ਟੂਡੇ, ਦਾ ਆਈਡੀਆ ਇਜ਼ ਕਿ ਆਪਾਂ ਅੱਜ ਦੇਖਣਾ ਵੇਅਰ ਵੀ ਸਟੈਂਡ ਟੂਡੇ, ਤਾਂ ਕਿ ਜਦੋਂ ਅਸੀਂ ਅੱਜ ਆਪਾਂ ਘਰ ਜਾਈਏ ਸਾਨੂੰ ਲੱਗੇ ਕਿ ਗੁਰੂ ਮੇਰੇ ਨਾਲ ਹੈ। ਦੈਟਸ ਦਾ ਹੋਲ ਆਈਡੀਆ, ਨੋਟ ਅਨਦਰ ਮੱਥਾ ਟੇਕ, ਨੋਟ ਜਸਟ ਅਨਦਰ ਲੰਗਰ, ਨੋਟ ਜਸਟ ਅਨਦਰ ਕਿ ਯੈਸ ਆਈ ਵੈਂਟ ਐਂਡ ਹੈਡ ਸੈਲੀਬ੍ਰੇਸ਼ਨ ਇਨ ਦਾ ਗੁਰਦੁਆਰਾ, ਬਟ ਆਈ ਕੇਮ ਹੋਮ, ਸੋ ਵਟ, ਦ ਸੇਮ ਲਾਈਫ, ਨੋ ਚੇਂਜ, ਆਈ ਡੋਂਟ ਫੀਲ ਗੁਰੂ ਕਲੋਜ਼ ਟੂ ਮੀ, ਔਰ ਆਈ ਡੋਂਟ ਫੀਲ ਮਾਈ ਸੈਲਫ ਕਲੋਜ਼ ਟੂ ਗੁਰੂ। ਦ ਆਈਡੀਆ ਇਜ਼ ਕਿ ਗੁਰੂ ਮੇਰੇ ਨਾਲ ਹੈ, ਆਈ ਡੋਂਟ ਲੀਵ ਮਾਈ ਗੁਰੂ ਇਨ ਦਾ ਗੁਰਦੁਆਰਾ, ਆਈ ਡੋਂਟ ਲੀਵ ਮਾਈ ਗੁਰੂ ਇਨ ਹੋਮ, ਵੇਅਰ ਐਵਰ ਆਈ ਗੋ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਦੈਟ ਕੋਨਸੈਪਟ ਇਹ ਅੱਜ ਕੋਸ਼ਿਸ਼ ਕਰਨੀ ਆਪਾਂ, ਯੂ ਵਾਂਟ ਟੂ ਟਾਕ ਐਂਡ ਫੀਲ ਗੁਰੂ ਅੰਗ ਸੰਗ, ਫੀਲ ਗੁਰੂ ਸੋ ਨੀਅਰ, ਕਿ ਮੇਰੀ ਹੋਂਦ ਜਿਹੜੀ ਹੈ ਇਹ ਗੁਰੂ ਤੋਂ ਬਿਨਾਂ ਹੋ ਹੀ ਨਹੀਂ ਸਕਦੀ, ਵੇਅਰ ਐਵਰ ਆਈ ਗੋ। ਅਤੇ ਅਸੀਂ ਉਹ ਜਿਹੜੀ ਕਵੀਆਂ ਦੀ ਗੱਲ ਕਰ ਰਹੇ ਸੀ ਨਾ, ਉਹ ਕਵੀਆਂ ਨੂੰ ਵੀ ਮਹੱਤਤਾ ਦਿੰਦੇ ਸੀ, ਅੱਜ ਵੀ ਉਹੀ ਦੇਣੀ ਚਾਹੀਦੀ ਹੈ। ਗੁਰੂ ਤੋਂ ਸਿੱਖਿਆ ਨਾ, ਤਾਂ ਹੋਲ ਪੁਆਇੰਟ ਇਜ਼ ਦੈਟ ਵੀ ਲਰਨ ਫਰੋਮ ਗੁਰੂ ਐਂਡ ਦੈਟ ਵੀ ਇੰਪਲਾਈ ਦੈਟ ਟੂਡੇ ਇਨ ਅਵਰ ਲਾਈਫ। ਕਵੀਆਂ ਨੇ ਆਪਣੇ ਕਹਿੰਦੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਉਹ ਜਿਹੜੀ ਉਸਤਤ ਦੇ ਵਿੱਚ ਇਨ ਦਾ ਪ੍ਰੇਜ਼ ਆਫ ਗੁਰੂ ਸਾਹਿਬਾਨ ਉਹਨਾਂ ਨੇ ਵੀ ਕੀਤਾ, ਵਿਚਾਰ ਵਾਲਿਆਂ ਨੇ ਵਿਚਾਰ ਕੀਤੀ, ਹਰ ਇੱਕ ਜਿਹਦੇ ਕੋਲ ਵੀ ਕੋਈ ਟੈਲੈਂਟ ਸੀ, ਗੁਰੂ ਮਹਾਰਾਜ ਗੇਵ ਦਮ ਪਲੈਟਫਾਰਮ ਕਿ ਯੂ ਡੂ ਇਟ। ਜਦੋਂ ਸਾਰਾ ਕੁਛ ਹੋ ਗਿਆ ਅਤੇ ਉਸ ਵੇਲੇ ਪੰਜਾਂ ਪਿਆਰਿਆਂ ਨੂੰ, ਸਾਰਿਆਂ ਨੂੰ ਜਾਣਦੇ ਹਾਂ ਨਾ ਆਪਾਂ, ਉਹਨਾਂ ਵਿੱਚੋਂ ਇੱਕ ਪਿਆਰਿਆਂ ਦਾ ਨਾਮ ਸੀ ਭਾਈ ਮੋਹਕਮ ਸਿੰਘ ਜੀ। ਭਾਈ ਮੋਹਕਮ ਸਿੰਘ ਜੀ ਨੂੰ ਫਿਰ ਇਸ਼ਾਰਾ ਕੀਤਾ ਗੁਰੂ ਸਾਹਿਬਾਨ ਨੇ, ਔਰ ਉਹਨਾਂ ਨੂੰ ਇਸ਼ਾਰਾ, ਕਿਉਂਕਿ ਇੱਕ ਇਟ ਵਾਜ਼ ਔਰਗਨਾਈਜ਼ ਐਂਡ ਪਲੈਨਡ ਇਵੈਂਟ, ਮਹਾਰਾਜ ਤੋਂ ਜ਼ਿਆਦਾ ਕੋਈ ਔਰਗਨਾਈਜ਼ ਹੋ ਨਹੀਂ ਸਕਦਾ। ਹੀ ਵਾਜ਼ਨ ਜਸਟ ਕਿ ਜਿਹੜਾ ਆਪਾਂ ਦੇਖਦੇ ਹਾਂ ਨਾ, ਇੱਕ ਵਾਰੀਅਰ, ਆਪਾਂ ਜਦੋਂ ਗੱਲ ਕਰਦੇ ਹਾਂ ਆਪਾਂ ਵੀਰਸ ਦੀ ਗੱਲ ਕਰਦੇ ਹਾਂ, ਇੱਕ ਵਾਰੀਅਰਨੈਸ ਦੀ ਗੱਲ ਕਰਦੇ, ਇੱਕ ਐਮਪਰਰ ਦੀ ਗੱਲ ਕਰਦੇ ਹਾਂ, ਪਰ ਵੀ ਵੈਨ ਵੀ ਟੋਕ ਅਬਾਊਟ ਇਟ, ਹੀ ਵਾਜ਼ ਏ ਪ੍ਰੋਫੈਸ਼ਨਿਸਟ। ਉਸ ਤੋਂ ਉੱਤੇ ਕੋਈ ਪਰਫੈਕਸ਼ਨਿਸਟ ਸਮਝਦੇ ਆਪਾਂ ਸਾਰੇ, ਜਿਹੜਾ ਹਰ ਪਾਸਿਓਂ ਪੂਰਨ ਹੈ, ਭਾਵੇਂ ਤੁਸੀਂ ਉਹਨੂੰ ਪੋਇਟ ਕਹਿ ਲਓ, ਫਿਲੋਸਫਰ ਕਹਿ ਲਓ, ਵਾਰੀਅਰ ਕਹਿ ਲਓ, ਵਟ ਐਵਰ ਯੂ ਵਾਂਟ ਟੂ ਕਾਲ ਹਿਮ, ਇੰਟਲੈਕਚੁਅਲ ਕਹਿ ਲਓ, ਉਸ ਤੋਂ ਜ਼ਿਆਦਾ ਇੰਟੈਲੀਜੈਂਸ, ਉਸ ਤੋਂ ਜ਼ਿਆਦਾ ਸਟਰੈਟਜੀ ਕਿਸੇ ਹੋਰ ਕੋਲ ਹੋ ਨਹੀਂ ਸਕਦੀ, ਇੰਨੇ ਜ਼ਿਆਦਾ ਇਹ ਕਹਿ ਲਓ ਵੀ ਹਰ ਪਾਸਿਓਂ ਪੂਰਨ। ਜੇ ਅਸੀਂ ਕਿਸੇ ਪੂਰਨ ਪੁਰਖ ਨੂੰ ਦੇਖਣਾ ਤਾਂ ਉਹ ਕੌਣ ਹੈ ਜਿਹਨਾਂ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਫਿਰ ਉਹਨਾਂ ਨੇ ਇਸ਼ਾਰਾ ਕੀਤਾ ਕਿ ਤੁਸੀਂ ਹੁਣ ਖੜ੍ਹੇ ਹੋ ਕੇ ਉਪਦੇਸ਼ ਦਿਓ। ਜਦੋਂ ਸਾਰਾ ਵਾਰਤਾ ਹੋ ਗਿਆ, ਉਸ ਵੇਲੇ ਭਾਈ ਮੋਹਕਮ ਸਿੰਘ ਜੀ ਖੜ੍ਹੇ ਹੋਏ। ਵੈਨ ਆਈ ਰੈਡ ਅਬਾਊਟ ਇਟ, ਆਈ ਫੈਲਟ ਵੈਰੀ ਇਮੋਸ਼ਨਲ ਐਂਡ ਵੈਰੀ ਡੀਪ ਵਿਦ ਦਿਸ ਮੈਸੇਜ, ਔਰ ਬੜਾ ਬੇਸਿਕ, ਮੈਨੂੰ ਬੇਸਿਕ ਬਟ ਡੀਪ, ਵਿਚ ਇੰਪਲਾਈਜ਼ ਜਿਹੜਾ ਅੱਜ ਸਾਡੇ 'ਤੇ ਟੁੱਕਦਾ। ਸੋ ਵਟ ਹੀ ਸੈਡ, ਉਹ ਖੜ੍ਹੇ ਹੋਏ, ਉਹਨਾਂ ਨੇ ਕਿਹਾ ਕਿ ਇਹ ਉਪਦੇਸ਼ ਪਿਤਾ ਜੀ ਦਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਦਿਸ ਇਜ਼ ਦਾ ਉਪਦੇਸ਼, ਦਿਸ ਇਜ਼ ਦਾ ਮੈਸੇਜ ਆਫ ਅਵਰ ਫਾਦਰ ਵਿਚ ਆਮ ਗੋਇੰਗ ਟੂ ਸ਼ੇਅਰ ਵਿਦ ਯੂ। ਵਟ ਵਾਜ਼ ਦੈਟ ਮੈਸੇਜ? ਅਸੀਂ ਇੱਕ ਪਰਿਵਾਰ ਹਾਂ, ਵੀ ਆਰ ਵਨ ਫੈਮਿਲੀ। ਸੋ ਜਸਟ ਟਰਾਈ ਟੂ ਫੀਲ ਐਂਡ ਇਮੈਜਿਨ, ਸੋ ਗੁਰੂ ਗੋਬਿੰਦ ਸਿੰਘ ਜੀ ਸਿਟਿੰਗ ਹੈ ਮਹਾਰਾਜ, ਇਟ ਇਜ਼ ਮਹਾਰਾਜ ਇਜ਼ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ 'ਚ, ਦਸਾਂ ਗੁਰੂਆਂ ਪਾਤਸ਼ਾਹ ਦੀ ਆਪਾਂ ਕਹਿੰਦੇ ਨਾ ਜੋਤ, ਸੋ ਵੀ ਜਸਟ ਨੀਡ ਟੂ ਫੀਲ, ਇਹ ਸਾਰੀ ਫੀਲਿੰਗ ਦੀ ਗੱਲ ਹੈ। ਮਹਾਰਾਜ ਇੱਥੇ ਬੈਠੇ ਨੇ ਔਰ ਉਪਦੇਸ਼ ਹੋ ਰਿਹਾ ਕਿ ਅਸੀਂ ਇੱਕ ਪਰਿਵਾਰ ਹਾਂ। ਜੇ ਅਸੀਂ ਇੱਕ ਪਰਿਵਾਰ ਹਾਂ, ਇਹਦਾ ਮਤਲਬ ਵੀ ਆਰ ਔਲ ਰਿਲੇਟਡ ਟੂ ਈਚ ਅਦਰ, ਅਸੀਂ ਭੈਣ ਭਰਾ ਹਾਂ, ਔਰ ਵੀ ਗੋਟ ਦੈਟ ਰਿਲੇਸ਼ਨ ਆਫ ਬ੍ਰਦਰ ਐਂਡ ਸਿਸਟਰ ਥਰੂ ਦ ਰਿਲੇਸ਼ਨ ਆਫ ਲਵ। ਇਹ ਪਿਆਰ ਦਾ ਹੱਕ ਸਾਨੂੰ ਪ੍ਰਤੱਖ ਪਿਤਾ ਨੇ ਦਿੱਤਾ। ਪ੍ਰਤੱਖ ਪਿਤਾ ਸਾਡੇ ਲਈ ਅੱਜ ਕੌਣ ਨੇ? ਗੁਰੂ ਗ੍ਰੰਥ ਸਾਹਿਬ ਜੀ।
ਉਹਨਾਂ ਦੇ ਥਰੂ ਜਿਹੜਾ ਪਿਆਰ ਦਾ ਹੱਕ ਸਾਨੂੰ ਮਿਲਿਆ ਥਰੂ ਦੈਟ ਵੀ ਆਰ ਰਿਲੇਟਡ। ਤੁਸੀਂ ਮੇਰੇ ਨਾਲ ਹੋ, ਆਰ ਯੂ ਟਰਾਇੰਗ ਟੂ ਅੰਡਰਸਟੈਂਡ ਵਿਚ ਵਟ ਆਈ ਐਮ ਸੇਇੰਗ? ਠੀਕ ਹੈ। ਸੋ ਇਹ ਤਿੰਨ ਗੱਲਾਂ ਉਹਨਾਂ ਨੇ ਕਹਿਤੀਆਂ। ਅਸੀਂ ਕੌਣ ਆ? ਅਸੀਂ ਇੱਕ ਪਰਿਵਾਰ ਹਾਂ, ਇਹਦਾ ਮਤਲਬ ਅਸੀਂ ਭੈਣ ਭਰਾ ਵਾਂ, ਅਤੇ ਸਾਡਾ ਰਿਸ਼ਤਾ ਕਾਹਦੇ ਨਾਲ ਜੁੜਿਆ? ਇੱਕ ਪਿਆਰ ਨਾਲ। ਔਰ ਉਹ ਪਿਆਰ ਦਾ ਹੱਕ ਸਾਨੂੰ ਕਿਹਨੇ ਦਿੱਤਾ? ਸਾਡੇ ਪਿਤਾ ਜੀ ਨੇ, ਪ੍ਰਤੱਖ ਪਿਤਾ ਜੀ ਨੇ। ਸੋ ਉਹ ਅੱਜ ਵੀ ਪ੍ਰਤੱਖ ਹੈ। ਜਿਹੜੀ ਅੱਗੇ ਗੱਲ ਕਹੀ ਉਹਨਾਂ ਨੇ, ਦ ਨੈਕਸਟ ਥਿੰਗ ਵਟ ਹੀ ਸੈਡ, ਹੀ ਸੈਡ ਬਿਕੋਜ਼ ਆਫ ਦੈਟ ਅੱਜ ਆ ਪੂਰੀ ਸੰਗਤ ਦੇ ਵਿੱਚ ਇੱਕ ਵੀ ਇਸ ਤਰ੍ਹਾਂ ਦਾ ਨਾ ਹੋਏ ਜਿਹਦੇ ਮਨ ਦੇ ਵਿੱਚ ਦੂਸਰੇ ਲਈ ਗੁੱਸਾ, ਗਿਲਾ, ਈਰਖਾ ਜਾਂ ਗਲਤ ਭਾਵਨਾ ਹੋਏ। ਸੋ ਆਈ ਟਰਾਈ ਟੂ ਸੇ ਦੈਟ ਇਨ ਇੰਗਲਿਸ਼। ਉਹ ਕਹਿੰਦੇ ਸੋ ਟੂਡੇ ਬਿਕੋਜ਼ ਆਫ ਦੈਟ ਲਵ, ਦ ਕਨੈਕਸ਼ਨ ਆਫ ਲਵ, ਕੈਨ ਆਈ ਸੇ ਦੈਟ ਵੀ ਡੂ ਨੋਟ ਵਾਂਟ ਅ ਸਿੰਗਲ ਪਰਸਨ ਸਿਟਿੰਗ ਇਨ ਦਿਸ ਸੰਗਤ ਟੂਡੇ, ਇਨ ਕੋਂਗਰੀਗੇਸ਼ਨ ਟੂਡੇ, ਹੂ ਹੈਵ ਅ ਨੈਗੇਟਿਵ ਫੀਲਿੰਗ ਟੂਵਰਡਸ ਅਦਰ ਪਰਸਨ। ਇਫ ਦੇਰ ਇਜ਼, ਕਹਿੰਦੇ ਪਹਿਲਾਂ ਤਾਂ ਇੱਦਾਂ ਹੋਏ ਨਾ, ਜੇ ਹੈ ਤਾਂ ਉਹ ਖੜੇ ਹੋ ਕੇ ਹੁਣੇ ਉਸ ਚੀਜ਼ ਨੂੰ ਜ਼ਾਹਰ ਕਰੇ ਇਨ ਫਰੰਟ ਆਫ ਹੋਲ ਸੰਗਤ। ਸੋ ਲੈਟਸ ਅੱਜ ਆਪਾਂ ਆਪਣੇ 'ਤੇ ਦੇਖ ਲਈਏ ਕਿ ਜੇ ਸਾਨੂੰ ਕੋਈ ਕਹੇ ਹੁਣੇ ਇਸ ਵੇਲੇ ਕਿ ਅਸੀਂ ਚਲੋ ਬਾਅਦ ਵੀ ਨਾ ਜਾਈਏ, ਲੈਟਸ ਈਵਨ ਸਟੋਪ ਇਨ ਦਿਸ ਫੋਰ ਵਾਲਸ। ਆਪਾਂ ਇਸ ਬਿਲਡਿੰਗ ਦੀ ਗੱਲ ਕਰੀਏ ਕਿ ਵਿਦ ਇਨ ਦਿਸ ਫੋਰ ਵਾਲਸ, ਇਫ ਆਲ ਆਫ ਅਸ ਸਿਟਿੰਗ ਹੇਅਰ, ਜੇ ਸਾਡੇ 'ਚ ਕਿਸੇ ਦੇ ਮਨ ਦੇ ਵਿੱਚ ਕਿਸੇ ਦੂਸਰੇ ਲਈ ਜਿਹੜਾ ਕਿ ਸਾਡਾ ਭੈਣ ਜਾਂ ਭਰਾ ਹੈ ਇੱਥੇ, ਬਿਕੋਜ਼ ਐਸ ਗੁਰੂ ਇਜ਼ ਸੇਇੰਗ ਇਟ, ਆਮ ਨੋਟ ਸੇਇੰਗ ਇਟ, ਗੁਰੂ ਸਾਹਿਬਾਨ ਕਹਿ ਰਹੇ ਨੇ, ਜੇ ਕੋਈ ਹੈ ਤਾਂ ਉਹ ਖੜਾ ਹੋ ਕੇ ਹੁਣੇ ਜ਼ਾਹਰ ਕਰ ਦੇਵੇ ਕਿ ਵੀ ਮੇਰੇ ਮਨ ਦੇ ਵਿੱਚ ਇਸ ਬੰਦੇ ਲਈ ਵੀ ਅੰਡਰਸਟੈਂਡ, ਈਰਖਾ ਜੈਲਸੀ ਹੈ, ਗੁੱਸਾ, ਐਂਗਰ ਹੈ, ਔਰ ਐਨੀ ਸੋਰਟ ਆਫ ਨੈਗੇਟਿਵ ਫੀਲਿੰਗਸ, ਤਾਂ ਉਹ ਹੁਣੇ ਖੜਾ ਹੋ ਕੇ ਉਸ ਚੀਜ਼ ਨੂੰ ਦੱਸੇ। ਫਿਰ ਗੁਰੂ ਸਾਹਿਬ ਕੀ ਕਰਨਗੇ? ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹ ਨੈਗੇਟਿਵਿਟੀ ਕੱਢ ਕੇ ਸੁੱਟ ਦਿੱਤੀ ਜਾਏਗੀ ਔਰ ਤੁਹਾਨੂੰ ਦੁਬਾਰਾ ਭਰਾ ਭਰਾ ਅਤੇ ਭੈਣ ਭੈਣ ਦੀ ਫੀਲਿੰਗ ਦੇ ਵਿੱਚ ਬੰਨਿਆ ਜਾਏਗਾ। ਸੋ ਬਿਫੋਰ ਯੂ ਮੂਵ ਔਨ ਟੂ ਸਾਖੀ ਵਟ ਹੈਪਨਡ, ਸੋ ਆਈ ਜਸਟ ਵਾਂਟ ਯੂ ਟੂ ਰਿਫਲੈਕਟ, ਐਂਡ ਅਸੀਂ ਵੀ ਵਿੱਚੇ ਹਾਂ ਸਾਰੇ, ਕਿ ਅਸੀਂ ਰਿਫਲੈਕਟ ਕਰੀਏ ਫੋਰ ਏ ਮੋਮੈਂਟ ਕਿ ਸਾਡੇ ਮਨ ਦੇ ਵਿੱਚ ਕੋਈ ਆਪਣੇ ਭਰਾ ਲਈ ਜਾਂ ਆਪਣੀ ਭੈਣ ਲਈ, ਬਿਕੋਜ਼ ਦੈਟਸ ਹੂ ਵੀ ਆਰ, ਆਪਾਂ ਪੰਥ ਦੀ ਗੱਲ ਕਰਦੇ ਹਾਂ, ਕੌਮ ਦੀ ਗੱਲ ਕਰਦੇ ਹਾਂ, ਪੰਥ ਵਸੇ ਮੈਂ ਉਜੜਾਂ ਦੀ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ, ਪਰ ਇਫ ਯੂ ਕਾਂਟ ਈਵਨ ਲੁੱਕ ਐਟ ਅਦਰ ਪਰਸਨ ਐਜ਼ ਏ ਬ੍ਰਦਰ ਐਂਡ ਏ ਸਿਸਟਰ, ਦੈਨ ਵੇਅਰ ਇਜ਼ ਪੰਥ, ਕਿਹੜੇ ਪੰਥ ਦੀ ਗੱਲ ਕਰ ਰਹੇ ਹਾਂ ਆਪਾਂ? ਜੇ ਹਾਲੇ ਅਸੀਂ ਇੱਕ ਗੁਰਸਿੱਖ ਨੂੰ ਦੇਖ ਕੇ ਅਸੀਂ ਅੰਦਰੋਂ ਝੁੱਕ ਕੇ ਹੱਥ ਜੋੜ ਕੇ ਫਤਿਹ ਨਹੀਂ ਬੁਲਾ ਸਕਦੇ, ਤਾਂ ਕਿਹੜੇ ਪੰਥ ਦੀ ਗੱਲ ਕਰ ਰਹੇ ਹਾਂ ਅਸੀਂ? ਕਿਹੜੀ ਕੌਮ ਦੀ ਗੱਲ ਕਰ ਰਹੇ ਹਾਂ? ਕਿਹੜੇ ਗੁਰੂ ਦੀ ਗੱਲ ਕਰ ਰਹੇ ਹਾਂ ਜਿਹਨੇ ਇਹ ਕਿਹਾ ਸੀ ਕਿ ਜਦੋਂ ਖਾਲਸਾ, ਆਪਾਂ ਕੀ ਕਹਿੰਦੇ ਹਾਂ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਰੂਪ ਹੈ ਖਾਸ, ਇਹ ਮਤਲਬ ਇਹ ਖਾਲਸੇ ਬੈਠੇ ਨੇ ਨਾ ਇਸ ਰੂਪ ਦੇ ਵਿੱਚ, ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋ ਰਹੇ ਨੇ, ਜੇ ਦਰਸ਼ਨ ਹੋ ਰਹੇ ਨੇ ਤਾਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਫਤਿਹ ਨਹੀਂ ਬੁਲਾ ਸਕਦੇ? ਕਿਉਂ? ਕਿਉਂਕਿ ਸਾਡੇ ਮਨ ਦੇ ਵਿੱਚ ਆਈ ਡੋਂਟ ਲਾਈਕ ਦਿਸ ਪਰਸਨ, ਮੈਨੂੰ ਇਹ ਬੰਦਾ ਪਸੰਦ ਨਹੀਂ, ਦੈਟਸ ਵਾਟ ਹੈਪਨਸ। ਸੋ ਕਿਹੜੀ ਫਿਲੋਸਫੀ ਦੀ ਗੱਲ ਕਰ ਰਿਹਾ ਸੀ? ਇਹ ਰਿਟਨ ਹੈਗਾ ਸਾਰਾ ਜਿਹੜਾ ਕੁਛ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਕਿ ਇਤਵਾਰੀ ਖਾਲਸਾ ਦੇ ਵਿੱਚੋਂ ਲੈ ਕੇ ਉਹਨਾਂ ਨੇ ਇਹ ਡਾਕੂਮੈਂਟ ਕੀਤਾ ਹੋਇਆ। ਐਂਡ ਵੈਨ ਆਈ ਰੈਡ ਅਬਾਊਟ ਦਿਸ, ਮੈਨੂੰ ਇੱਦਾਂ ਲੱਗਿਆ ਕਿ ਜੇ ਸਿਰਫ ਅਸੀਂ ਇੰਨੀ ਕੀ ਗੱਲ ਕਰ ਰਹੀ ਹੈ ਨਾ ਗੁਰਪੁਰਬ 'ਤੇ, ਇੰਨੀ ਕੀ ਗੱਲ ਘਰ ਲੈ ਕੇ ਚੱਲ ਜਾਈਏ ਤਾਂ ਸਾਡਾ ਗੁਰਪੁਰਬ ਮਨਾਇਆ ਸਫਲ ਆ। ਫੋਰ ਮੀ ਆਈ ਫੈਲਟ ਦੈਟ, ਤੁਹਾਡਾ ਲੈਵਲ ਕਿੱਥੇ ਹੈ ਤੁਸੀਂ ਜਾਣੋ, ਪਰ ਮੈਨੂੰ ਇਹ ਚੀਜ਼ ਨੇ ਬਹੁਤ ਹਿੱਟ ਕੀਤਾ ਕਿਉਂਕਿ ਅਸੀਂ ਸਿਰਫ ਹਾਲੇ ਫੋਰ ਵਾਲਸ ਦੀ ਗੱਲ ਕਰ ਰਹੇ ਹਾਂ, ਬਾਹਰ ਨਹੀਂ ਗਏ। ਅਤੇ ਉੱਥੇ ਕਹਿੰਦੇ ਖੜਾ ਕਿੰਨੇ ਹੋਣਾ ਸੀ ਉੱਥੇ ਜਦੋਂ ਭਰਾ ਦਰਬਾਰ ਏ, ਕੌਣ ਖੜਾ ਹੁੰਦਾ? ਇਹ ਨਹੀਂ, ਇਸ ਕਰਕੇ ਨਹੀਂ ਖੜਾ ਹੁੰਦਾ ਕਿ ਦੇ ਵਰ ਅਫਰੇਡ ਔਰ ਦੇ ਵਰ ਸਕੇਅਰਡ, ਦੇ ਡਿਡਨਟ ਸਟੈਂਡ ਅਪ ਬਿਕੋਜ਼ ਦੇ ਵਰ ਸਕੇਅਰਡ, ਪਰ ਕਿਸੇ ਦੀ ਕਿਸੇ ਨਾਲ ਹੈ ਹੀ ਨਹੀਂ ਸੀ ਨੈਗੇਟਿਵ। ਆਪਾਂ ਉਸ ਵੇਲੇ ਦੀ ਗੱਲ ਕਰ ਰਹੇ ਹਾਂ, ਦੇ ਵਾਜ਼ ਨੋ ਬਡੀ ਜਿਹਦਾ ਕਿਸੇ ਨਾਲ ਈਰਖਾ, ਦਵੈਤ, ਉਹ ਗੁੱਸਾ, ਗਿਲਾ ਹੋਏ, ਪਰ ਇੱਕ ਬੰਦਾ ਖੜਾ ਹੋਇਆ। ਕਹਿੰਦੇ ਉੱਥੇ ਇੱਦਾਂ ਲਿਖਿਆ ਵੀ ਬੀਜ ਨਾਸ਼ ਕਿਸੇ ਚੀਜ਼ ਦਾ ਨਹੀਂ ਹੁੰਦਾ, ਬੇਸਿਕਲੀ ਵੀ ਕੈਨੋਟ ਕਿਲ ਥਿੰਗਸ ਫਰੋਮ ਦਾ ਰੂਟ, ਕੋਈ ਨਾ ਕੋਈ ਹੋ ਜਾਂਦਾ। ਬਟ ਹੀ ਸਟੂਡ ਅਪ, ਉਹਨੇ ਹੱਥ ਜੋੜ ਕੇ ਆਪਣਾ ਖੜਾ ਹੋਇਆ, ਉਹ ਕਹਿੰਦਾ ਆਈ ਡੋਂਟ ਹੈਵ ਨੈਗੇਟਿਵ ਫੀਲਿੰਗਸ ਟੂਵਰਡਸ ਐਨੀ ਬਡੀ, ਆਈ ਡੋਂਟ ਹੈਵ ਏ ਬੈਗੇਜ। ਆਪਾਂ ਬੈਗੇਜ ਦੀ ਗੱਲ ਕਰਦੇ ਨਾ ਅੱਜ ਕੱਲ੍ਹ, ਵੀ ਕੈਰੀ ਲੋਟ ਆਫ ਬੈਗੇਜ, ਬੈਗੇਜ ਮਤਲਬ ਉਹਦੀ ਗੱਲ ਮੇਰੇ ਸਿਰ 'ਤੇ ਚੜੀ ਹੋਈ, ਆਈ ਕਾਂਟ ਫੋਰਗਿਵ ਦਿਸ ਪਰਸਨ ਡਿਡ ਦਿਸ ਟੂ ਮੀ, ਸੋ ਦਿਸ ਇਜ਼ ਆਲ ਬੈਗੇਜ ਦੈਟ ਵੀ ਟੇਕ ਅਰਾਊਂਡ। ਅਤੇ ਉਹ ਬੈਗੇਜ ਕਰਕੇ ਕੀ ਹੁੰਦਾ, ਦੂਸਰੇ ਬੰਦੇ ਨੂੰ ਤਾਂ ਭਾਵੇਂ ਕੁਛ ਹੋਏ ਨਾ ਹੋਏ, ਬਟ ਵੀ ਆਰ ਇਲ ਬਿਕੋਜ਼ ਵੀ ਆਰ ਕੈਰੀਂਗ ਦੈਟ ਲੋਟ ਆਫ ਵੇਟ, ਲੋਟ ਆਫ ਬੈਗੇਜ ਵਿਦ ਅਸ, ਆਈ ਡੋਂਟ ਲਾਈਕ ਦੈਟ ਪਰਸਨ, ਆਈ ਹੇਟ ਦੈਟ ਪਰਸਨ। ਉਹ ਬੰਦੇ ਨੂੰ ਭਾਵੇਂ ਪਰਵਾਹ ਵੀ ਨਾ ਹੋਏ। ਇੱਕ ਬੰਦਾ ਖੜਾ ਹੋਇਆ ਔਰ ਉਹਨੇ ਕਿਹਾ, ਕਹਿੰਦਾ ਮੇਰੇ ਕਿਸੇ ਨਾਲ ਗਿਲਾ ਸ਼ਿਕਵਾ ਜਾਂ ਅੰਦਰ ਉਸ ਤਰ੍ਹਾਂ ਦਾ ਤਾਂ ਨਹੀਂ ਹੈਗਾ, ਪਰ ਇਸੇ ਸਾਲ ਦੇ ਵਿੱਚ ਮੈਂ ਇੱਕ ਬੰਦੇ ਨਾਲ, ਜਿੱਦਾਂ ਉਹਨਾਂ ਨੇ ਲਿਖਿਆ, ਲੜਾਈ ਕੀਤੀ ਸੀ ਪਾਣੀ ਲਾਉਣਾ, ਉਦੋਂ ਪਾਣੀ ਲਾਉਂਦੇ ਸੀ ਨਾ ਖੇਤਾਂ ਨੂੰ ਪਾਣੀ ਲਾਉਣਾ,
ਤੇ ਉਹਦੇ ਕਰਕੇ ਫੋਰ ਦੋਜ਼ ਹੂ ਡੋਂਟ ਅੰਡਰਸਟੈਂਡ ਪਾਣੀ ਲੈਣਾ ਸੋ ਬੇਸਿਕਲੀ ਡਿਊਰਿੰਗ ਦ ਫਾਰਮਿੰਗ ਦਿਸ ਇਜ਼ ਅ ਪ੍ਰੋਸੈਸ ਜਦੋਂ ਦੇ ਨੀਡ ਟੂ ਵਾਟਰ ਦ ਫੀਲਡਸ ਰਾਈਟ ਸੋ ਹੀ ਹੈਡ ਅ ਲਿਟਲ ਫਾਈਟ ਵਿਦ ਅਨਦਰ ਪਰਸਨ ਔਨ ਦੈਟ ਜਦੋਂ ਆਪਾਂ ਕਹਿੰਦੇ ਖੇਤ ਨਾਲ ਨਾਲ ਲੱਗਦੇ ਨੇ ਸੋ ਕਹਿੰਦਾ ਪਰ ਉਹ ਬੰਦਾ ਵੀ ਇੱਥੇ ਆਇਆ ਹੋਇਆ ਅੱਜ ਉਹਨੇ ਇਹ ਵੀ ਕਿਹਾ ਵੀ ਉਹ ਭਰਾ ਵੀ ਅੱਜ ਇੱਥੇ ਆਇਆ ਹੋਇਆ ਸੋ ਹਾਫ ਆਫ ਦ ਥਿੰਗਸ ਪਹਿਲਾਂ ਹੀ ਚੇਂਜ ਹੋ ਗਈਆਂ ਕਹਿੰਦਾ ਉਹ ਮੇਰੇ ਮਨ 'ਚ ਗੱਲ ਆ ਗਈ ਕਿ ਸ਼ਾਇਦ ਆਈ ਨੀਡ ਟੂ ਅਪੋਲੋਜਾਈਜ਼ ਫੋਰ ਦੈਟ ਕਹਿੰਦੇ ਉਹਨੂੰ ਦੋਨਾਂ ਨੂੰ ਖੜਾ ਕੀਤਾ ਗਿਆ ਦੋਨਾਂ ਦੀ ਗੱਲ ਕਲੀਅਰ ਕੀਤੀ ਗਈ ਔਰ ਉੱਥੇ ਦੋਨਾਂ ਨੂੰ ਇੱਕ ਦੂਜੇ ਨਾਲ ਆਪਾਂ ਕਹਿੰਦੇ ਗਲਵਕੜੀ 'ਚ ਪਵਾ ਕੇ ਸਾਰੀ ਗੱਲ ਕਲੀਅਰ ਕੀਤੀ ਗਈ ਐਂਡ ਆਫਟਰ ਦੈਮ ਫਿਊ ਅਦਰ ਪੀਪਲ ਸਟੂਡ ਅਪ ਐਸ ਵੈਲ ਉਹਨਾਂ ਤੋਂ ਬਾਅਦ ਦੋ ਚਾਰ ਬੰਦੇ ਹੋਰ ਵੀ ਖੜੇ ਹੋਏ ਔਰ ਉਸ ਤੋਂ ਬਾਅਦ ਕਿਹਾ ਕੀ ਮਹਾਰਾਜ ਨੇ ਜਦੋਂ ਇਹ ਸਾਰੀ ਗੱਲ ਕਲੀਅਰ ਹੋ ਗਈ ਹੁਣ ਸੋਚੋ ਕਿ ਇੱਥੇ ਪਰਿਵਾਰ ਦੇ ਮੈਂਬਰ ਨੇ ਚਾਰ ਮੈਂਬਰ ਨੇ ਉਹਨਾਂ ਦੇ ਵਿੱਚ ਜੇ ਇੱਕ ਵੀ ਬੰਦੇ ਦਾ ਠੀਕ ਨਹੀਂ ਚੱਲ ਰਿਹਾ ਨਾ ਸਿਸਟਮ ਤਾਂ ਕੀ ਹੁੰਦਾ ਹੈ ਸਾਰੇ ਘਰ ਦਾ ਸਿਸਟਮ ਗੜਬੜ ਚੰਗਾ ਨਹੀਂ ਲੱਗਦਾ ਨਾ ਕੁਛ ਉਹ ਘਰ ਜਾਣ ਨੂੰ ਵੀ ਜੀ ਨਹੀਂ ਕਰਦਾ ਬੰਦੇ ਨੂੰ ਹੁੰਦਾ ਕਿ ਮੈਂ ਬਾਹਰ ਹੀ ਟਾਈਮ ਪਾਸ ਕਰ ਲਵਾਂ ਐਂਡ ਦੈਨ ਵਟ ਹੈਪਨਸ ਹੌਲੀ ਹੌਲੀ ਡਿਪਰੈਸ਼ਨ ਐਂਗਜ਼ਾਇਟੀ ਬ੍ਰੇਕ ਡਾਊਨ ਆਫ ਰਿਲੇਸ਼ਨਸ਼ਿਪਸ ਘਰ ਟੁੱਟਦੇ ਨੇ ਤੇ ਜੇ ਇੰਨੀ ਵੱਡੀ ਕੋਂਗਰੀਗੇਸ਼ਨ ਹੁਣ ਉੱਥੇ ਤਾਂ ਬਿਯੋਂਡ ਵਰਡਸ ਹੈ ਨਾ ਕਿ ਕੋਈ ਤੁਸੀਂ ਕੁਆਂਟੀਫਾਈ ਨਹੀਂ ਕਰ ਸਕਦੇ ਕਿੰਨੀ ਸੰਗਤ ਹੋਏਗੀ ਉੱਥੇ ਜੇ ਆਪਾਂ ਇੰਨੀ ਨੂੰ ਆਪਾਂ ਆਪਣੇ 'ਤੇ ਇੰਪਲਾਈ ਕਰੀਏ ਅੱਜ ਦੇ ਡੇਟ ਦੇ ਵਿੱਚ ਜੇ ਸਾਡੇ 'ਚ ਤਿੰਨ ਚਾਰ ਬੰਦਿਆਂ ਦਾ ਆਪਸ 'ਚ ਠੀਕ ਨਹੀਂ ਚੱਲ ਰਿਹਾ ਥੋੜ੍ਹੀ ਖਿੱਚੋਤਾਨ ਹੈ we can't look into eyes of other person kyunki sade man de vich dar hai apan ta hi nahi dekh pande na dusre wal ke sanu hunda hai ki ha main nahi theek soch raha aur eh vi ek fact hai science ne vi prove kar ditta hai if we think negative about one person the other person knows that we are thinking negative about that person je assi kise bare maada soch rahe ha na assi halle nu kya nahi maada kush dusre kolo message kende pahunch janda pehla your thoughts are like sms apan text jinu keh dinne so what is that about tusi apni life ch dekho do you agree with me tusi kadi tade nal idda hoya hoye tusi socha halle kise bare ke main is bande nal meri friction hai thodi ji friction matlab I don't like that person ya mainu changa ja nahi lagda ide nal baithna uthna gal karni halle tusi onu kuch kya vi nahi aur shayad himmat vi nahi tadi kehndi kyunki muh te koi kadi himmat wala hunda jehda muh te kehnde ho virla hi hunda ਪਿੱਛੇ ਸਾਰੇ ਹੋ ਜਾਂਦੇ ਪਿੱਛੇ ਗੱਲਾਂ ਸਾਰੇ ਕਰ ਲੈਂਦੇ ਨਾ ਪਰ ਕੀ ਹੋ ਗਿਆ ਤੁਹਾਡਾ ਮੈਸੇਜ ਉੱਥੇ ਪਹੁੰਚ ਗਿਆ ਕਿਉਂਕਿ ਤੁਹਾਨੂੰ ਉਸ ਬੰਦੇ ਕੋਲੋਂ ਉਦਾਂ ਹੀ ਫੀਲਿੰਗ ਆਉਣ ਲੱਗਣ ਲੱਗ ਜਾਂਦੀ ਹੈ ਕਿ ਦਿਸ ਪਰਸਨ ਡਸਨਟ ਲਾਈਕ ਮੀ ਐਸ ਵੈਲ ਯੂ ਹੈਵਨਟ ਸੈਡ ਐਨੀਥਿੰਗ ਅਸੀਂ ਕੁਛ ਕਿਹਾ ਨਹੀਂ ਕਹਿੰਦੇ ਤੁਹਾਡੇ ਯੂਅਰ ਥੋਟਸ ਆਰ ਲਾਈਕ SMS ਹੁਣ ਇਹੀ ਜੇ ਰਿਵਰਸ ਕਰ ਦਈਏ ਤੁਹਾਡਾ ਕਿਸੇ ਨਾਲ ਰਿਲੇਸ਼ਨਸ਼ਿਪ ਠੀਕ ਨਹੀਂ ਹੈਗਾ ਦੇਰ ਇਜ਼ ਆਲਰੇਡੀ ਲਿਟਲ ਬਿਟ ਆਫ ਫ੍ਰਿਕਸ਼ਨ ਬਟ ਟੁਡੇ ਯੂ ਥਿੰਕ ਕਿ ਅੱਜ ਤੋਂ ਬਾਅਦ ਕਿਉਂਕਿ ਮੈਂ ਗੁਰੂ ਦਰਬਾਰ ਤੋਂ ਆਇਆ ਔਰ ਮੇਰੇ ਗੁਰੂ ਨੇ ਮੈਨੂੰ ਸਿਖਾਇਆ ਕਿ ਮੈਂ ਕਿਸੇ ਲਈ ਗਲਤ ਨਹੀਂ ਸੋਚਣਾ ਈਵਨ ਇਫ ਮੇਰੀ ਉਹਦੇ ਨਾਲ ਸਿੱਧਾ ਕਨੈਕਸ਼ਨ ਨਹੀਂ ਹੈਗਾ ਮੇ ਬੀ ਆਈ ਡੋਂਟ ਐਗਰੀ ਵਿਦ ਦਿਸ ਪਰਸਨ ਬਟ ਆਈ ਸਟਿਲ ਆਈ ਡੋਂਟ ਨੀਡ ਟੂ ਹੇਟ ਦੈਟ ਪਰਸਨ ਭਾਵੇਂ ਮੈਂ ਐਗਰੀ ਨਹੀਂ ਕਰਦਾ ਪਰ ਮੈਨੂੰ ਨਫ਼ਰਤ ਕਰਨ ਦਾ ਹੱਕ ਕਿਸੇ ਨੇ ਨਹੀਂ ਦਿੱਤਾ ਕਿਉਂਕਿ ਨਾ ਤਾਂ ਮੈਂ ਉਹਨੂੰ ਬਣਾਇਆ ਨਾ ਮੈਂ ਉਹਨੂੰ ਰੋਟੀ ਦਿੰਦਾ ਜਿੰਨੇ ਉਹਨੂੰ ਬਣਾਇਆ ਕਰਦੇ ਨੇ ਜਿਹੜਾ ਉਹਨੂੰ ਰੋਟੀ ਦਿੰਦਾ ਉਹ ਜਿੱਦਾਂ ਮਰਜ਼ੀ ਜੋ ਮਰਜ਼ੀ ਕਰੇ ਉਹਦੇ ਘਰ 'ਚ ਪੂਰਾ ਨਿਆਂ ਹੈ ਹੂ ਐਮ ਆਈ ਟੂ ਜੱਜ ਸੰਬੜੀ ਜੇ ਅੱਜ ਅਸੀਂ ਘਰ ਜਾ ਕੇ ਸੋਚ ਲਈਏ ਕਿ ਫਰੋਮ ਟੂਡੇ ਔਨ ਵਰਡਸ ਆਮ ਗੋਇੰਗ ਟੂ ਥਿੰਕ ਪੋਜ਼ਿਟਿਵ ਅਬਾਊਟ ਦੈਟ ਪਰਸਨ ਇੱਦਾਂ ਕਹਿ ਰਹੀ ਹੈ ਕਿ ਉਹ ਬੀਬੀ ਜਿਹੜੀ ਸੀ ਨਾ ਜਦੋਂ ਮੈਂ ਬਹੁਤ ਗਲਤ ਸੋਚਦੀ ਸੀ ਉਹ ਬਹੁਤ ਚੰਗੀ ਹੈ ਫੋਰਸਫੁਲੀ ਥਿੰਕ ਯੂ ਨੋ ਉਹਦੇ 'ਚ ਵੀ ਕੋਈ ਗੁਣ ਹੋਏਗਾ ਸ਼ੀ ਮਾਈਟ ਹੈਵ ਹਰ ਰੀਜ਼ਨਸ ਸ਼ੀ ਹੈਜ਼ ਹਰ ਓਨ ਵਰਚੂਸ ਜਦ ਆਪਾਂ ਘਰ ਜਾ ਕੇ ਸੋਚਣਾ ਸ਼ੁਰੂ ਕਰ ਦਈਏ ਆਈ ਕੈਨ ਗਰੰਟੀ ਯੂ ਵਿਦ ਇਨ ਸਮ ਟਾਈਮ ਯੂ ਵਿਲ ਫੀਲ ਦ ਪੋਜ਼ਿਟਿਵਿਟੀ ਕਮਿੰਗ ਫਰੋਮ ਦ ਅਦਰ ਪਰਸਨ ਹਾਲੇ ਤੁਸੀਂ ਕੁਛ ਕਿਹਾ ਨਹੀਂ ਬਿਕੋਜ਼ ਇਹ ਅਸੀਂ ਨਾ ਐਕਸਪੈਰੀਮੈਂਟ ਕੀਤਾ ਸੀ ਬਰਮਿੰਗਮ 'ਚ ਸੋ ਆਈ ਕੈਨ ਸੇ ਦੈਟ ਵਿਦ ਫੈਕਟ ਵੀ ਐਕਸਪੈਰੀਮੈਂਟਡ ਦੈਟ ਔਨ ਫਿਊ ਪੀਪਲ ਐਂਡ ਦਿਸ ਵਰਕਡ ਹਾਲਾਂਕਿ ਅਜੇ ਉਹਨੇ ਜਾ ਕੇ ਮਾਫ਼ੀ ਮੰਗਣੀ ਸੀ ਵਿਦਆਊਟ ਗੋਇੰਗ ਟੂ ਫੁੱਲ ਸਟੋਰੀ ਤਾਂ ਅਦਰ ਪਰਸਨ ਕਹਿ ਲਓ ਵੀ ਆਮ ਟੋਕਿੰਗ ਟੂ ਲੇਡੀਜ਼ ਹੇਅਰ ਕਿ ਇੱਕ ਬੰਦੇ ਨੇ ਸੋਚਣਾ ਸ਼ੁਰੂ ਕੀਤਾ ਪੋਜ਼ੀਟਿਵ ਬਹੁਤ ਇਲ ਬਿਕੋਜ਼ ਆਫ ਜਿਹੜੀ ਉਹ ਫ੍ਰਿਕਸ਼ਨ ਚੱਲਦੀ ਸੀ ਦੋਨੋਂ ਬਿਮਾਰ ਸੀਗੀਆਂ ਰਿਸ਼ਤੇਦਾਰ ਸੀ ਪਰ ਇੱਕ ਦੂਜੇ ਦਾ ਮਾੜਾ ਸੋਚ ਸੋਚ ਕੇ ਕਹਿੰਦੇ ਕਿ ਮੇਰੀ ਹੈਡੇਕ ਨਹੀਂ ਜਾਂਦੀ ਇੱਕ ਕਹਿੰਦਾ ਮੇਰੇ ਸਰੀਰ 'ਚੋਂ ਦੁੱਖ ਦਰਦ ਨਹੀਂ ਜਾਂਦੀ ਐਂਡ ਗੁਰਸਿੱਖ ਸੁਜੈਸਟਿਡ ਟੂ ਦੈਮ ਕਿ ਤੁਸੀਂ ਕੋਈ ਚੀਜ਼ ਸਾਨੂੰ ਤੰਗ ਤਾਂ ਨਹੀਂ ਕਰਦੀ ਜਾਂਦੇ ਦੇ ਸੈਡ ਕਿ ਹਾਂ ਇਸ ਤਰ੍ਹਾਂ ਸੀਗਾ ਸਾਡਾ ਬਹੁਤ ਅਸੀਂ ਡੂੰਘੀਆਂ ਕਹਿ ਲਓ ਜਿਹੜਾ ਸਹੇਲੀਆਂ ਕਹਿ ਲਓ ਬੜਾ ਪਿਆਰ ਸੀ ਬਟ ਸਮਥਿੰਗ ਹੈਪਨ ਐਂਡ ਸਾਡੀ ਫ੍ਰਿਕਸ਼ਨ ਆ ਗਈ ਵਿੱਚ ਐਂਡ ਇਟਸ ਬੀਨ 10 ਈਅਰਸ ਵੀ ਹੈਵ ਸਪੋਕਨ ਟੂ ਈਚ ਅਦਰ 10 ਸਾਲ ਹੋ ਗਏ ਨੇ ਪਰ ਉਹ ਚੀਜ਼ ਅੰਦਰੋਂ ਅੰਦਰੀ ਤੰਗ ਕਰ ਰਹੀ ਹੈ ਉਹਨਾਂ ਨੇ ਇੱਕ ਗੁਰਸਿੱਖ ਪਿਆਰੇ ਨੇ ਸੁਜੈਸਟ ਕੀਤਾ ਜਿਹੜਾ ਕਿ ਗੁਰੂ ਨਾਲ ਜੁੜਿਆ ਹੋਇਆ ਨਾ ਫਿਰ ਉਹ ਸਾਰਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰਦਾ ਕਹਿੰਦੇ ਅੱਜ ਘਰ ਜਾ ਕੇ ਨਾ ਸਟਾਰਟ ਥਿੰਕਿੰਗ ਪੋਜ਼ਿਟਿਵ ਅਬਾਊਟ ਹਰ ਕੁਛ ਕਹਿਣ ਦੀ ਲੋੜ ਨਹੀਂ ਫੋਨ ਕਰਨ ਦੀ ਲੋੜ ਨਹੀਂ ਹੈ ਮਾਫ਼ੀ ਮੰਗਣ ਦੀ ਲੋੜ ਨਹੀਂ ਹੈ ਜਸਟ ਸਟਾਰਟ ਥਿੰਕਿੰਗ ਪੋਜ਼ਿਟਿਵ ਕਿ ਉਹ ਵੀ ਮੇਰੇ ਗੁਰੂ ਨੇ ਬਣਾਇਆ ਉਹਨੂੰ ਮੇਰਾ ਗੁਰੂ ਪਿਆਰ ਕਰਦਾ ਹੂ ਐਮ ਆਈ ਟੂ ਹੇਟ ਦੈਟ ਪਰਸਨ ਵੀ ਆਰ ਨੋ ਜੱਜਸ ਅਸੀਂ ਜੱਜ ਨਹੀਂ ਕਰ ਸਕਦੇ ਕਿਸੇ ਨੂੰ ਕਹਿੰਦੇ ਵਿਦ ਇਨ ਫਿਊ ਡੇਜ਼ ਉਹਨੂੰ ਇੱਦਾਂ ਲੱਗਣ ਲੱਗ ਗਿਆ ਕਿ ਆਈ ਕਾਂਟ ਲਿਵ ਵਿਦਆਊਟ ਹਰ ਮੈਂ ਜਾ ਕੇ ਉਹਦੇ ਕੋਲੋਂ ਮਾਫ਼ੀ ਮੰਗ ਲੈਣੀ ਹੈ
She had that thirst, craving. I can't wait for that moment. ਔਰ ਇਸ ਤਰ੍ਹਾਂ ਦਾ ਸਬੱਬ ਬਣ ਗਿਆ ਕਿ ਇੱਕ ਜਿੱਦਾਂ ਪ੍ਰੋਗਰਾਮ ਹੁੰਦੇ ਨੇ ਨਾ, ਇਕੱਠੇ ਰਿਸ਼ਤੇਦਾਰਾਂ ਨੂੰ ਸੱਦਿਆ ਜਾਂਦਾ, ਦੋਵਾਂ ਨੂੰ ਉੱਥੇ ਬੁਲਾਇਆ ਵੀ ਗਿਆ, ਉਹ ਦੋਵੇਂ ਉੱਥੇ ਹੀ ਆਏ, ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੇ ਆਉਣਾ ਉੱਥੇ. ਨਾ ਦਿਸ ਲੇਡੀ ਹੂ ਵਾਜ਼ ਵਰਕਿੰਗ ਔਨ ਇਟ, ਸ਼ੀ ਹੈਡ ਫੁੱਲ ਆਈਡੀਆ ਇਨ ਹਰ ਮਾਇੰਡ ਕਿ ਮੈਂ ਜਾ ਕੇ ਹੁਣ ਮਾਫ਼ੀ ਮੰਗ ਲੈਣੀ. ਕਹਿੰਦੇ ਹਾਲੇ ਉਹ ਸੋਚ ਰਹੇ ਸੀ, ਹਿੰਮਤ ਜਟਾਣੀ ਬੜੀ ਔਖੀ ਹੈ ਮਾਫ਼ੀ ਮੰਗਣੀ ਜਿੱਦਾਂ ਤੁਸੀਂ 10 ਸਾਲ ਬੋਲੇ ਨਾ ਹੋਵੋ, ਪਰ ਫਿਰ ਵੀ ਵੈਰੀ ਬ੍ਰਾਈਵ. ਕਹਿੰਦੇ ਸ਼ੀ ਇਜ਼ ਥਿੰਕਿੰਗ ਆਫ ਟੇਕਿੰਗ ਦੈਟ ਸਟੈਪ. ਉਹ ਜਿਹੜੀ ਦੂਸਰੀ ਬੀਬੀ ਸੀ ਜਿਹਦੇ ਨਾਲ ਚੱਲ ਰਹੀ ਸੀ ਫ੍ਰਿਕਸ਼ਨ, ਉਹ ਪਿੱਛੋਂ ਆ ਕੇ ਉਹਨਾਂ ਨੂੰ ਜੱਫੀ ਪਾ ਲਈ. ਹਾਓ, 10 ਸਾਲ ਹੋ ਗਏ ਨੇ. ਕਿਉਂ? ਕਿਉਂਕਿ ਗੁਰੂ ਦੀ ਸਿੱਖੀ ਅਪਣਾ ਲਈ, ਜਿੱਥੇ ਆਪਾਂ ਕਹਿੰਦੇ ਹਾਂ ਵੀ ਮੇਰੇ ਕੋਈ ਵੀ, ਮੈਂ ਕਿਸੇ ਨਾਲ ਨਫ਼ਰਤ ਨਹੀਂ ਕਰ ਸਕਦਾ. ਉਹ ਕਿੱਦਾਂ ਚਲਾ ਗਿਆ ਉਹਦੇ ਕੋਲ ਮੈਸੇਜ? ਦੈਟਸ ਵਾਈ ਆਈ ਕੈਨ ਸੇ ਕਿ ਦੀਸ ਥੋਟਸ ਆਰ ਲਾਈਕ SMS, ਇਨਵਿਜ਼ੀਬਲ. ਸੋ ਜੇ ਅਸੀਂ ਸੁਖੀ ਨਾਲ ਸੁੱਖ ਨਾਲ ਰਹਿਣਾ ਚਾਹੁੰਦੇ ਹਾਂ ਇੱਥੇ, ਵੀ ਵਾਂਟ ਟੂ ਕਹਿ ਲਓ ਸਪਰੈਡ ਦ ਪੀਸ ਐਂਡ ਫੀਲ ਦ ਪੀਸ, ਫਿਰ ਸਾਨੂੰ ਉਹ ਜਿਸ ਤਰ੍ਹਾਂ ਆਹ ਹੁਣ ਪ੍ਰਤੱਖ ਹੋ ਗਿਆ, ਗੁਰੂ ਮਹਾਰਾਜ ਨੇ ਕਿਹੜਾ ਮੈਸੇਜ ਦਿੱਤਾ ਕਿ ਅਸੀਂ ਸਾਰੇ ਪਰਿਵਾਰ ਹਾਂ. ਇਹ ਜੇ ਕੋਈ ਹੈ ਗੜਬੜ ਚੱਲ ਰਹੀ ਹੈ, ਇੱਥੇ ਅੱਜ ਦਰਬਾਰ 'ਚ ਛੱਡ ਕੇ ਜਾਓ. ਜਦੋਂ ਸਾਰਾ ਕੁਛ ਹੋ ਗਿਆ, ਉਸ ਤੋਂ ਬਾਅਦ ਮਹਾਰਾਜ ਨੇ ਇਹ ਨਹੀਂ ਕਿਹਾ ਕਿ ਮੈਂ ਕਰਾਇਆ. ਦੇਖੋ ਅਖੀਰ 'ਚ ਲਿਖਿਆ, ਧਨ ਸਿੱਖੀ, ਧਨ ਸਿੱਖੀ, ਧਨ ਸਿੱਖੀ. ਇਹ ਮਹਾਰਾਜ ਦੇ ਬਚਨ ਸੀ ਅਖੀਰ ਦੇ ਵਿੱਚ, ਕਿ ਇਹ ਸਿੱਖੀ ਦੇ ਕਰਕੇ ਸਾਨੂੰ ਇਸ ਤਰ੍ਹਾਂ ਦਾ ਆਦਰਸ਼ਕ ਜੀਵਨ ਮਿਲਿਆ, ਦ ਵੇ ਆਫ ਲਾਈਫ ਦੈਟਸ ਗਿਵਨ ਟੂ ਅਸ. ਅਨਦਰ ਥਿੰਗ ਦੈਟ ਲਿੰਕਸ ਵਿਦ ਇਟ, ਕਹਿੰਦੇ ਗੁਰੂ ਮਹਾਰਾਜ 3 ਪੈਰ ਰਹਿੰਦੇ ਹੋਏ ਬੇਸਿਕਲੀ ਅੰਮ੍ਰਿਤ ਵੇਲੇ ਹੀ ਲਵੇ ਖਬਰ ਸਮਟਾਈਮਸ, ਕਹਿੰਦੇ ਕਿ ਬਹੁਤ ਥੋੜ੍ਹਾ ਸੌਂਦੇ ਸੀ. ਹੀ ਵਾਜ਼ ਨਟ ਦੈਟ ਕਾਈਂਡ ਆਫ ਪਰਸਨ ਜਿਹਨੂੰ ਸਾਨੂੰ ਕੋ ਸਾਡੇ ਕੋਲ ਨਿਕਲ ਹੀ ਹੁੰਦਾ ਨਾ ਰਜਾਈਆਂ 'ਚੋਂ. ਸੋ ਇੱਦਾਂ ਲਿਖਿਆ ਕਿ ਮਹਾਰਾਜ ਅੰਮ੍ਰਿਤ ਵੇਲੇ ਬਾਹਰ ਨਿਕਲ ਕੇ ਜਿੱਦਾਂ ਇੱਕ ਨਦੀ ਹੈ ਉੱਥੇ ਟਹਿਲ ਰਹੇ ਨੇ, ਔਰ ਉੱਥੇ ਆਪਣਾ ਚੌਂਕੜਾ ਮਾਰ ਕੇ ਬੈਠ ਗਏ.